ਤੇ 14 ਫਰਵਰੀ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਆਤਮਘਾਤੀ ਹਮਲੇ ਮਗਰੋਂ ਦੇਸ਼ ਦੇ ਸਿਆਸਤ ਵਿੱਚ ਉਥਲ ਪੁਥਲ ਜਾਰੀ ਹੈ ਤੇ ਸਿਆਸੀ ਆਗੂਆਂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਮਾਹੌਲ ਨੂੰ ਹੋਰ ਵੀ ਪਖਾ ਰਹੀ ਹੈ। ਇਸੇ ਸੰਬੰਧ ਵਿੱਚ ਕਾਂਗਰਸੀ ਸਾਂਸਦ ਰਮਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਜਿਹੇ ਭਿਆਨਕ ਆਤਮਘਾਤੀ ਹਮਲੇ ਲਈ ਪਾਕਿਸਤਾਨ ਜ਼ਿੰਮੇਵਾਰ ਹੈ, ਕਿਉਂਕਿ ਅੱਤਵਾਦੀ ਸੰਗਠਨ ਦੇ ਜਿਸ ਸ਼ਖਸ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਉਹ ਪਾਕਿਸਤਾਨ ਵਿੱਚ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਜਵਾਨਾਂ ਨੇ ਕੌਮ ਦੀ ਖਾਤਰ ਆਪਣੀ ਸ਼ਹਾਦਤ ਦਿੱਤੀ ਹੈ, ਉਹਨਾਂ ਦੀ ਸ਼ਹਾਦਤ ਵਿਅਰਥ ਨਹੀਂ ਜਾਣੀ ਚਾਹੀਦੀ। ਦੇਖੋ, ਇੱਕ ਤਾਂ ਤੁਹਾਨੂੰ ਪਤਾ ਦੇਸ਼ ਦਾ ਮਾਹੌਲ ਕੀ ਹੈ, ਅੱਜ 40 ਸ਼ਹੀਦ ਨੇ ਸਾਹਮਣੇ, ਤੁਸੀਂ ਉਹਨਾਂ ਦੀਆਂ ਤਸਵੀਰਾਂ ਦੇਖ ਰਹੇ ਹੋ, ਕਿਉਂਕਿ ਇਹ ਅਸੀਂ ਹਾਂ ਜਿੰਨੇ ਵੀ ਇਸ ਵੇਲੇ ਸਾਰੇ ਪੰਜਾਬ ਤੋਂ ਕੋਨੇ ਕੋਨੇ ਤੋਂ ਲੋਕ ਆਏ ਨੇ, ਇਹਨਾਂ ਨੇ ਸਾਰਿਆਂ ਨੇ ਇਹ ਪੀੜਾ ਝੱਲੀ ਹੋਈ ਆ। ਇਕੱਲਾ ਇਕੱਲਾ ਪਰਿਵਾਰ ਦਾ ਜੀ ਜਿਹੜਾ ਖੜ੍ਹਾ ਹਰ ਦੇ ਘਰ 'ਚ ਉਸ ਦੌਰ 'ਚ ਅੱਤਵਾਦ ਦੇ, ਜੋ ਪਾਕਿਸਤਾਨ ਦੀ ਮਾੜੀ ਨਿਗਾਹ ਸੀ ਜਦੋਂ ਸਾਡੇ ਪੰਜਾਬ 'ਤੇ, ਅਤੇ ਇਹ ਸਭ ਨੇ ਆਪਣਾ ਆਪਣਾ ਰਿਸ਼ਤੇਦਾਰ ਦੋਸਤ ਸੰਬੰਧੀ ਹਰੇਕ ਨੇ ਉਸ ਪੀੜਾ 'ਚ ਗਵਾਇਆ ਹੋਇਆ, ਜਿਹੜਾ ਕਿ 35,000 ਤੋਂ ਉੱਤੇ ਪੰਜਾਬੀ ਸ਼ਹੀਦ ਹੋਏ ਸੀ। ਅਤੇ ਉਸ ਵੇਲੇ ਸਰਦਾਰ ਬੇਅੰਤ ਸਿੰਘ ਜੀ ਮਸ਼ਾਲ ਲੈ ਕੇ ਚੱਲੇ ਸੀ ਵੀ ਇਸ ਅੱਗ ਨੂੰ ਮੈਂ ਠੰਡੀ ਕਰੂੰਗਾ, ਅਤੇ ਉਹਨਾਂ ਨੇ ਬੀੜਾ ਚੱਕਿਆ ਸੀ, ਚਾਹੇ ਉਹਨਾਂ ਦੇ ਸਰੀਰ ਦੇ ਟੁਕੜੇ ਟੁਕੜੇ ਹੋ ਗਏ, ਅਸੀਂ ਉਹਨਾਂ ਨੂੰ ਗਵਾ ਲਿਆ, ਪਰ ਉਹ ਪੰਜਾਬ 'ਚ ਜਿਹੜੀ ਪਾਕਿਸਤਾਨ ਦੀ ISI ਦੀ ਜਿਹੜੀ ਅੱਗ ਲਾਈ ਹੋਈ ਸੀ ਉਹਨੂੰ ਠੰਡੀ ਕਰ ਗਏ। ਅੱਜ ਕੋਈ ਮਾੜੀ ਅੱਗ ਕਰਨ ਵਾਲਾ ਨਹੀਂ ਗਾ ਪੰਜਾਬ 'ਚ, ਕਿਸੇ ਦੀ ਹਿੰਮਤ ਨਹੀਂ ਗੀ। ਇਸੇ ਕਰਕੇ ਅੱਜ 40 ਸ਼ਹੀਦਾਂ ਦੀਆਂ ਵੀ ਨਾਲ ਜਿਹੜੀਆਂ ਤਸਵੀਰਾਂ ਲਾਈਆਂ ਆ, ਅੱਜ ਉਹਨਾਂ ਦਾ ਦਿਨ ਮਨਾ ਰਹੇ ਹਾਂ ਅਸੀਂ ਜਿੱਥੇ ਜਨਮ ਦਿਨ, ਉਹਨਾਂ ਨੂੰ ਵੀ ਅਸੀਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਆ, ਅਤੇ ਇੱਕ ਮੈਸੇਜ ਅਪੀਲ ਉਰੇ ਹੋ ਉਹਨਾਂ ਦੀ ਸਮਾਧ ਤੋਂ, ਉਹਨਾਂ ਦੀ ਜਗ੍ਹਾ ਤੋਂ, ਵੀ ਪਾਕਿਸਤਾਨ ਵਾਲਿਓ ਬੰਦੇ ਬਣ ਜਾਓ। ਅਸੀਂ ਪਹਿਲਾਂ ਵੀ ਤੁਹਾਨੂੰ ਸਬਕ ਸਿਖਾਇਆ ਅਤੇ ਪੰਜਾਬ ਵਾਲੇ ਹੁਣ ਵੀ ਸਬਕ ਸਿਖਾਉਣ ਨੂੰ ਤਿਆਰ ਬੈਠੇ ਆ। ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਜੇ ਨਹੀਂ ਹਟੋਗੇ ਤਾਂ ਫਿਰ ਪੰਜਾਬ ਵਾਲਿਆਂ ਦੇ ਹੱਥ ਬਾਗਡੋਰ ਸਾਂਭਜੋ। ਅਸੀਂ ਜਾਣਦੇ ਹਾਂ ਇਹਨਾਂ ਨੂੰ ਕਿਵੇਂ ਸਿੱਧਾ ਕਰਨਾ। ਅਸੀਂ ਰੋਜ਼ ਮਾਵਾਂ ਦੇ ਪੁੱਤ ਇਸ ਤਰੀਕੇ ਨਾਲ ਸ਼ਹੀਦ ਹੁੰਦੇ ਦੇਖ ਨਹੀਂ ਸਕਦੇ, ਇਸ ਤਰੀਕੇ ਨਾਲ ਸਾਡੀਆਂ ਭੈਣਾਂ ਦੇ ਸਵਾਗ ਉੱਜੜਦੇ ਨਹੀਂ ਦੇਖ ਸਕਦੇ, ਉਹਦਾ ਹਿਸਾਬ ਦੇਣਾ ਪਊਗਾ। ਅਤੇ ਇੱਕ ਵਾਰਨਿੰਗ ਅੱਜ ਦੇ ਦਿਨ 'ਤੇ, ਕੁਛ ਚੰਦ ਦਿਨਾਂ ਦੇ ਵਿੱਚ ਹੀ ਸਰਕਾਰ ਨੂੰ ਇਹ ਪਾਕਿਸਤਾਨ ਵਾਲਿਆਂ ਦੇ ਜਿਹੜੇ ਆ ਗਲੇ ਵੱਢ ਕੇ ਲੈ ਕੇ ਆਉਣੇ ਚਾਹੀਦੇ ਆ। ਇਕੱਲਾ ਇਹ ਨਹੀਂ ਮਾਰ ਕੇ, ਉਹਨਾਂ ਦੇ ਫੌਜ ਦੇ ਗਲੇ ਵੱਢ ਕੇ ਜਿਹੜੇ ਆ ਉਹ ਵਾਪਸ ਹਿੰਦੁਸਤਾਨ ਲੈ ਕੇ ਆਉਣੇ ਚਾਹੀਦੇ ਆ, ਤਾਂ ਸਾਡੇ ਮਾਵਾਂ ਦੇ ਸਾਡੇ ਕਾਲਜੇ 'ਚ ਠੰਡ ਪਏਗੀ। ਅਤੇ ਇਸ ਕਰਕੇ ਉਹਨਾਂ ਨੂੰ ਅੱਜ ਸਿਜਦਾ ਵੀ ਕਰਦੇ ਹਾਂ, ਅਤੇ ਅੱਜ ਇਹ ਇੱਥੋਂ ਇਹ ਅਰਦਾਸ ਕੀਤੀ ਆ ਅਸੀਂ ਸਾਰੇ ਧਰਮਾਂ ਦੀ, ਸਰਬ ਧਰਮ ਪ੍ਰਾਰਥਨਾ ਕੀਤੀ ਆ ਵੀ ਪਰਮਾਤਮਾ ਉਹ ਪਰਿਵਾਰਾਂ ਨੂੰ ਸ਼ਕਤੀ ਦਿਓ, ਉਹ ਪਰਿਵਾਰਾਂ ਨੂੰ ਹਿੰਮਤ ਦਿਓ। ਅੰਗਰੇਜ਼ੀ ਇਸਮੇ ਗਲਤ ਫਹਿਮੀ ਕਿਆ ਹੈ, ਇਹ ਜੋ ਇਮਰਾਨ ਖਾਨ ਹੈ ਇਹ ਤਾਂ ਕਟਪੁਤਲੀ ਹੈ ਜਨਰਲ ਬਾਜਵਾ ਕਾ, ਔਰ ਜਿਤਨੀ ਦਿਨ ਆਰਮੀ ਜੋ ਆਰਮੀ ਹੈ, ਮੈਂ ਤਾਂ ਇਹ ਬਾਰ ਬਾਰ ਇਹ ਕਹਿ ਰਹਾ ਹੂੰ ਵੀ ਜਿਤਨੇ ਹਮਾਰੇ ਫੌਜੀ ਸ਼ਹੀਦ ਹੋਏ ਹੈ ਉਸਸੇ ਡਬਲ ਉਨਕੀ ਪਾਕਿਸਤਾਨ ਆਰਮੀ ਕੇ ਸਿਰ ਕਲਮ ਕਰਕੇ, ਮਾਰ ਕੇ ਨਹੀਂ ਮਾਰ ਕੇ ਔਰ ਸਿਲਮ ਸਿਰ ਕਲਮ ਕਰਕੇ ਭਾਰਤ ਕੋ ਲੈ ਕੇ ਯਹਾਂ ਹਿੰਦੁਸਤਾਨ ਲੈ ਕੇ ਆਉਣੇ ਚਾਹੀਏ, ਤਬ ਜੋ ਹਮਾਰੇ ਸੈਨਿਕ ਸ਼ਹੀਦ ਹੋਏ ਤਬ ਉਨਕੀ ਆਤਮਾਏ ਠੰਡੀ ਹੋਗੀ। ਤੋ ਦੇਖਤੇ ਹੈ ਕਿਤਨੀ ਜਲਦੀ ਹਮਾਰੀ ਫੌਜ ਜੋ ਉਨਕੇ ਸਿਰ ਕਲਮ ਕਰਕੇ ਪਾਕਿਸਤਾਨ ਕੀ ਫੌਜ ਕੇ ਹਿੰਦੁਸਤਾਨ ਲੈ ਕੇ ਆਏਗੀ। ਅਬ ਐਸੇ ਯੇ ਆਗ ਠੰਡੀ ਨਹੀਂ ਹੋਗੀ, ਇਹ ਮਾਨਨੇ ਵਾਲੇ ਨਹੀਂ ਹੈ। ਅਗਰ ਸਰਜੀਕਲ ਸਟ੍ਰਾਈਕ ਹੋਗੀ, ਸਭ ਕੁਛ ਹੋਗਾ, ਲੇਕਿਨ ਜਿਤਨੀ ਦੇਰ ਉਨਕੇ ਸਰ ਕਲਮ ਕਰਕੇ ਯਹਾਂ ਉਲਟੇ ਨਹੀਂ ਲਟਕਾਏਂਗੇ ਦਰਖਤੋਂ ਪੇ ਪਾਕਿਸਤਾਨ ਫੌਜ ਕੇ, ਉਤਨੀ ਦੇਰ ਹਮਾਰੇ ਠੰਡ ਨਹੀਂ ਪੜੇਗੀ ਲੋਕੋਂ ਕੇ ਮਨੋ ਮੇਂ। ਯੇ ਚਾਹਤੇ ਹੈ ਆਜ, ਬਾਕੀ ਕਾਮ ਤੋ ਹੋਤਾ ਰਹੇਗਾ, ਬੰਬ ਵੀ ਫੇਂਕਤੇ ਰਹੇਗੇ, ਗੋਲੀਆਂ ਵੀ ਚਲਤੀ ਰਹੇਗੀ, ਬਾਰਡਰ ਪੇ ਰੋਜ਼ ਚਲਤੀ ਹੈ, ਲੇਕਿਨ ਉਨਕੇ ਸਿਰ ਕਲਮ ਕਰਕੇ ਜਿਤਨੀ ਦੇਰ ਯਹਾਂ ਪਾਕਿਸਤਾਨ ਕੇ ਦੇਸ਼ ਮੇਂ ਨਹੀਂ ਪਹੁੰਚੇਂਗੇ, ਉਤਨੀ ਦੇਰ ਦੇਸ਼ ਵਾਸੀ ਇਸ ਜੋ ਪਾਕਿਸਤਾਨ ਨੇ ਹਮਾਰੇ ਸਾਥ ਕੀਆ ਉਤਨੀ ਦੇਰ ਹਮ ਮਾਨਨੇ ਵਾਲੇ ਨਹੀਂ ਹੈ।